ਕਹਿੰਦੇ ਨੇ ਇੱਕ ਵਾਰੀ ਬਾਬਾ ਬੁੱਲੇ ਸ਼ਾਹ ਲਾਹੌਰ ਬਾਜ਼ਾਰ ਵਿੱਚ ਦੁੱਧ ਲੈਣ ਗਏ। ਤਖਤਪੋਸ਼ ਤੇ ਦੁੱਧ ਦੀਆਂ ਬਾਲਟੀਆਂ ਰੱਖੀ ਇੱਕ ਮੁਟਿਆਰ ਗਵਾਲਣ ਦੁੱਧ ਵੇਚ ਰਹੀ ਸੀ। ਉਹ ਗਾਹਕ ਕੋਲੋਂ ਪੈਸੇ ਫੜਦੀ, ਗਿਣਦੀ ਤੇ ਮਿਣ ਕੇ ਦੁੱਧ ਉਸਦੇ ਭਾਂਡੇ ਵਿੱਚ ਪਾ ਦਿੰਦੀ। ਅਸੂਲ ਦੀ ਗੱਲ ਸੀ, ਉਹ ਹਰ ਕਿਸੇ ਗਾਹਕ ਨਾਲ ਇਸੇ ਅਸੂਲ ਦੀ ਪਾਲਣਾ ਕਰ ਰਹੀ ਸੀ। ਪਰ ਇੱਕ ਗੱਲ ਅਜਿਹੀ ਹੋਈ ਜੋ ਇਸ ਅਸੂਲ ਦੀ ਉਲੰਘਣਾ ਸੀ। ਇੱਕ ਗੱਭਰੂ ਆਇਆ ਸੁਨੱਖਾ ਜਿਹਾ ਤੇ ਉਸਨੇ ਮੁਟਿਆਰ ਦੀ ਤਲੀ ਤੇ ਕੁਝ ਰੱਖਿਆ। ਮੁਟਿਆਰ ਨੇ ਪਿਆਰ ਨਾਲ ਉਸ ਵੱਲ ਵੇਖਿਆ, ਪੈਸੇ ਗੱਲੇ ਵਿੱਚ ਬਿਨਾਂ ਗਿਣੇ ਹੀ ਸੁੱਟ ਲਏ ਤੇ ਉਸਦਾ ਭਾਂਡਾ ਲੈ ਕੇ ਬਾਲਟੀ ਵਿੱਚੋਂ ਨੱਕੋ ਨੱਕ ਭਰ ਦਿੱਤਾ। ਬਾਬਾ ਬੁੱਲੇ ਸ਼ਾਹ ਬਹੁਤ ਹੈਰਾਨ ਹੋਏ ਕਿ ਨਾ ਇਸਨੇ ਪੈਸੇ ਗਿਣੇ ਤੇ ਨਾ ਦੁੱਧ ਮਿਣਿਆ, ਕੀ ਕਾਰਨ ਹੋਵੇਗਾ। ਜਦੋਂ ਗੱਲ ਸਮਝ ਵਿੱਚ ਨਾ ਆਈ ਤਾਂ ਅਖੀਰ ਬਾਬਾ ਬੁੱਲੇ ਸ਼ਾਹ ਨੇ ਮੁਟਿਆਰ ਤੋਂ ਪੁੱਛਣਾ ਹੀ ਠੀਕ ਸਮਝਿਆ। ਉਸ ਰੱਜੀ ਹੋਈ ਰੂਹ ਵਾਲੀ ਮੁਟਿਆਰ ਨੇ ਆਖਿਆ, ਰੱਬ ਦੇ ਫਕੀਰ ਬੰਦਿਆ, ਜਿੱਥੇ ਇਸ਼ਕ ਮੁਹੱਬਤ ਹੋਵੇ ਨਾ ਉੱਥੇ ਲੇਖੇ ਜੋਖੇ ਨਹੀਂ ਕਰੀਦੇ। ਇਹ ਸੁਣ ਕੇ ਬਾਬਾ ਬੁੱਲੇ ਸ਼ਾਹ ਦੇ ਮਨ ਤੇ ਬਹੁਤ ਗਹਿਰਾ ਅਸਰ ਹੋਇਆ ਤੇ ਉਹ ਆਪਣੇ ਮਨ ਨੂੰ ਲਾਹਣਤਾਂ ਪਾਉਣ ਲੱਗਾ ਕਿ ਇੱਕ ਸਧਾਰਨ ਜਿਹੇ ਗੱਭਰੂ ਨੂੰ ਮੁਹੱਬਤ ਕਰਨ ਵਾਲੀ ਅਤ ਸਧਾਰਨ ਜਿਹੀ ਗਵਾਲਣ ਹੀ ਤੇਰੇ ਨਾਲੋਂ ਚੰਗੀ ਏ, ਜਿਹੜੀ ਆਪਣੇ ਸੱਜਣ ਨਾਲ ਕੋਈ ਲੇਖਾ ਜੋਖਾ ਨਹੀਂ ਰੱਖਦੀ ਤੇ ਤੂੰ ਕੁੱਲ ਆਲਮ ਦੇ ਮਾਲਕ ਦਾ ਨਾਮ ਜਪਣ ਦਾ ਲੇਖਾ ਰੱਖਣ ਲਈ ਤਸਬੀ ਚੁੱਕੀ ਫਿਰਦਾ ਹੈ। ਤੇ ਫਿਰ ਬੁੱਲੇ ਸ਼ਾਹ ਨੇ ਤਸਬੀ ਵਗਾ ਕੇ ਮਾਰੀ ਤੇ ਸਾਰੀ ਉਮਰ ਫਿਰ ਰੱਬ ਦਾ ਨਾਮ ਜਪਣ ਦਾ ਲੇਖਾ ਨਹੀਂ ਰੱਖਿਆ। ਤਸਬੀ ਦਾ ਅਰਥ ਹੈ ਮਾਲਾ। ਬਾਬਾ ਬੁੱਲੇ ਸ਼ਾਹ ਨੇ ਤੇ ਆਪਣੀ ਮਾਲਾ ਵਗਾ ਕੇ ਮਾਰਤੀ, ਪਰ ਅਸੀਂ ਆਪਣੀਆਂ ਮਾਲਾ ਹਾਲੇ ਵੀ ਚੁੱਕੀ ਫਿਰਦੇ ਹਾਂ। ਕੋਈ ਗਿਣ ਗਿਣ ਕੇ ਉਹਦਾ ਨਾਮ ਜਪ ਰਿਹਾ ਹੈ, ਕੋਈ ਗਿਣ ਗਿਣ ਕੇ ਮੰਤਰ ਪੜ੍ਹ ਰਿਹਾ ਹੈ, ਕੋਈ ਗਿਣ ਗਿਣ ਕੇ ਪਾਠ ਕਰੀ ਜਾ ਰਿਹਾ ਹੈ। ਬਾਬਾ ਬੁੱਲੇ ਸ਼ਾਹ ਦਾ ਕਹਿਣਾ ਹੈ, ਤਸਬੀ ਫਿਰੀ ਪਰ ਦਿਲ ਨਾ ਫਿਰਿਆ, ਲੈਣਾ ਕੀ ਤਸਬੀ ਹੱਥ ਫੜ ਕੇ। ਬੁੱਲਿਆ ਜਾਗ ਬਿਨਾਂ ਦੁੱਧ ਜੰਮਦਾ ਨਾਹੀਂ, ਤੇ ਭਾਵੇਂ ਲਾਲ ਹੋਵੇ ਕੜ ਕੜ ਕੇ। ਬੇਸ਼ੱਕ ਦੁੱਧ ਨੂੰ ਜਮਾਉਣ ਵਾਸਤੇ ਥੋੜ੍ਹਾ ਗਰਮ ਜ਼ਰੂਰ ਕੀਤਾ ਜਾਂਦਾ ਹੈ, ਪਰ ਸਿਰਫ ਗਰਮ ਕਰਨ ਨਾਲ ਦੁੱਧ ਜੰਮਦਾ ਨਹੀਂ, ਉਹਦੇ ਵਿੱਚ ਜਾਗ ਲਾਉਣੀ ਬਹੁਤ ਜ਼ਰੂਰੀ ਹੈ। ਬਾਬਾ ਬੁੱਲੇ ਸ਼ਾਹ ਕਹਿੰਦੇ ਹਨ ਕਿ ਮਾਲਾ ਫੇਰਨੀਆਂ, ਗਿਣ ਗਿਣ ਕੇ ਪਾਠ ਕਰਨੇ, ਸਮਾਂ ਵੇਖ ਵੇਖ ਕੇ ਨਾਮ ਜਪਣੇ, ਪੂਜਾ ਕਰਨੀ ਜਾਂ ਹੋਰ ਕੋਈ ਵੀ ਕਰਮ ਕਾਂਡ ਕਰਨਾ, ਇਹ ਸਾਰਾ ਕੁਝ ਉਸੇ ਤਰ੍ਹਾਂ ਹੈ ਜਿਵੇਂ ਦੁੱਧ ਨੂੰ ਜਮਾਉਣ ਤੋਂ ਪਹਿਲਾਂ ਗਰਮ ਕੀਤਾ ਜਾਂਦਾ ਹੈ। ਪਰ ਜੇ ਤੁਹਾਡੇ ਮਨ ਦੇ ਅੰਦਰ ਉਸ ਰੱਬ ਦੇ ਨਾਮ ਦੀ ਜਾਗ ਨਹੀਂ ਲੱਗੀ ਤਾਂ ਇਹ ਤੁਹਾਡੀਆਂ ਸਾਰੀਆਂ ਗਿਣਤੀਆਂ ਮਿਣਤੀਆਂ ਸਿਰਫ ਦੁੱਧ ਨੂੰ ਕਾੜਨ ਦੇ ਬਰਾਬਰ ਹਨ।